ਬੇਬੇ ਵਾਰਤਕ ਲਈ ਜੋ ਕਿ ਹਰਪਾਲ ਸਿੰਘ ਪੰਨੂ ਦਾ ਲਿਖਿਆ ਹੋਇਆ ਆਪਣੀ ਲਾਸਟ 2 ਪੇਜ ਦੀ ਰੀਡਿੰਗ ਰਹਿੰਦੀ ਹੈ ਲਾਸਟ ਪੇਜ ਬਟੇ ਆਪਾਂ ਕਿੱਥੋਂ ਤੱਕ ਰੀਡਿੰਗ ਕੀਤੀ ਸੀ ਕਿ ਕੋਈ ਵੀ ਵੱਡਾ ਜੋਖਮ ਕੰਮ ਛੇੜਨ ਵੇਲੇ ਜਦੋਂ ਅਸੀਂ ਬੇਬੇ ਨਾਲ ਖਤਰਿਆਂ ਬਾਰੇ ਗੱਲ ਕਰਦੇ ਤਾਂ ਉਹ ਆਖਦੀ ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਿਆ ਦੁਲੱਤੇ ਮਾਰਦੀਆਂ ਗਾਵਾਂ ਤਾਂ ਦੁੱਧ ਦੋਣੋਂ ਪੇ ਹਟ ਜਾਂਦੀਆਂ ਨੇ ਮੀਨਸ ਜੇ ਜੋਖਮ ਭਰਿਆ ਸਮਾਂ ਆ ਗਿਆ ਤਾਂ ਘਬਰਾਉਣਾ ਨਹੀਂ ਚਾਹੀਦਾ ਜੇ ਜਿਹੜੀਆਂ ਗਾਵਾਂ ਨੇ ਜਦੋਂ ਦੁੱਧ ਚੋਣ ਲੱਗੋ ਜੇ ਉਹ ਦੁਲੱਤੇ ਮਾਰਦੀਆਂ ਨੇ ਦੋਵੇਂ ਲੱਤਾਂ ਮਾਰਦੀਆਂ ਤਾਂ ਉਹਨੂੰ ਕਾਬੂ ਕਰਨਾ ਸਾਡੀ ਡਿਊਟੀ ਬਣਦੀ ਤੇ ਦੁੱਧ ਤਾਂ ਚੋਣਾ ਹੀ ਹੈ ਨਾ ਕਦੀ ਕਿਹਾ ਹੈ ਕਿਸੇ ਨੇ ਕਿ ਇੰਨੀ ਤੂੜੀ ਵਿੱਚੋਂ ਕੌਣ ਦਾਣੇ ਕੱਢਦਾ ਫਿਰੇ ਕਿ ਜਿਹੜੀ ਤੂੜੀ ਆ ਉਹਦੇ ਵਿੱਚ ਦਾਣੇ ਵੀ ਰਲੇ ਨੇ ਕਿ ਕੌਣ ਦਾਣੇ ਕੱਢਦਾ ਫਿਰੇ ਕੱਢਣੇ ਆ ਤਾਂ ਕੱਢਣੇ ਪੈਣੇ ਹੀ ਹੈ ਮੀਨਸ ਜੇ ਮੁਸੀਬਤ ਆ ਗਈ ਉਹਨੂੰ ਫੇਸ ਕਰਨਾ ਹੀ ਪੈਣਾ ਖੁਸ਼ੀ ਖੁਸ਼ੀ ਖੇਤ ਇਸ ਕਰਕੇ ਨਹੀਂ ਪਹੁੰਚ ਜਾਵਾਂਗੇ ਕਿ ਕੰਡਿਆਈ ਬੜੀ ਹੈ ਕੰਡਿਆਈ ਮੀਨਸ ਕੰਡੇ ਬੜੇ ਨੇ ਕਿਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰੋਈਆਂ ਤੋੜ ਕੇ ਤਿਆਰ ਕੀਤੀ ਜ਼ਮੀਨ ਤੇ ਅੰਨ ਦੀ ਰੋਟੀ ਪਕਾ ਕੇ ਖਾਧੀ ਹੈ ਅਸਾਂ ਤੁਸੀਂ ਮਾੜੇ ਕੋ ਖਤਰੇ ਤੋਂ ਘਬਰਾ ਗਏ ਬੇਬੇ ਲੇਖਕ ਨੂੰ ਉਤਸ਼ਾਹ ਦਿੰਦੀ ਹੈ ਕਿ ਖਤਰਿਆਂ ਤੋਂ ਕਦੀ ਜ਼ਿੰਦਗੀ ਚ ਘਬਰਾਓ ਨਾ ਕਹਿੰਦੇ ਤੁਸੀਂ ਮਾੜੇ ਦੇ ਖਤਰਿਆਂ ਤੋਂ ਘਬਰਾ ਜਾਂਦੇ ਹੋ ਥੋੜੀ ਜਿਹੀ ਮੁਸੀਬਤ ਜ਼ਿੰਦਗੀ ਚ ਆ ਜਾਏ ਤਾਂ ਤੁਸੀਂ ਹੌਸਲਾ ਹਾਰ ਕੇ ਬੈਠ ਜਾਂਦੇ ਹੋ ਅਸੀਂ ਤਾਂ ਵੱਡੇ ਵੱਡੇ ਮੁਸੀਬਤਾਂ ਸਹੀਆਂ ਨੇ ਜਵਾਨੀ ਦੇ ਦਿਨੇ ਇੰਨੀ ਤਾਕਤ ਹੋਇਆ ਕਰਦੀ ਸੀ ਕਿ ਇੰਨਾ ਹੌਸਲਾ ਕਿ ਪਿਆਸ ਲੱਗੀ ਹੈ ਫਿਰ ਕੀ ਹੋਇਆ ਜੇ ਪਾਣੀ ਨਹੀਂ ਖੂਹ ਪੁੱਟੋ ਤੇ ਪਾਣੀ ਪੀਓ ਕਹਿੰਦਾ ਪਿਆਸ ਲੱਗੀ ਹੈ ਤੇ ਪਾਣੀ ਨਹੀਂ ਮਿਲ ਰਿਹਾ ਤੇ ਖੂਹ ਪੁੱਟਣ ਦੇ ਲਈ ਵੀ ਹਿੰਮਤ ਚਾਹੀਦੀ ਹੌਸਲਾ ਚਾਹੀਦਾ ਪਹਿਲੇ ਖੂਹ ਪੁੱਟਾਂਗੇ ਖੂਹ ਚੋਂ ਪਾਣੀ ਕੱਢਾਂਗੇ ਤਾਂ ਕਿਤੇ ਪਾਣੀ ਦੀ ਪਿਆਸ ਬੁੱਝਣੀ ਹੈ ਐਵੇਂ ਪਾਣੀ ਨਹੀਂ ਮਿਲ ਜਾਣਾ ਔਖੀ ਚੀਜ਼ ਹੈ ਕਿਹੜੀ ਜਿਹੜੀ ਜੇ ਰੱਬ ਸਾਥ ਦੇਵੇ ਤਾਂ ਭਰੋਸਾ ਰੱਖੋ ਪਰਮਾਤਮਾ ਤੁਹਾਡੇ ਅੰਗ ਸੰਗ ਹੈ ਇਹ ਹੁਣ ਪੜ੍ਹਨ ਵਾਲੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਕੀ ਸਮਝ ਲੱਗੀ ਕਿ ਜ਼ਿੰਦਗੀ ਵਿੱਚ ਜੇ ਮੁਸ਼ਕਲਾਂ ਆਉਂਦੀਆਂ ਉਤਾਰ ਚੜਾ ਆਉਂਦੇ ਆ ਤਾਂ ਘਬਰਾਉਣਾ ਨਹੀਂ ਚਾਹੀਦਾ ਆਪਣਾ ਦ੍ਰਿੜ ਇਰਾਦਾ ਰੱਖਣਾ ਚਾਹੀਦਾ ਆਪਣੀ ਪੜ੍ਹਾਈ ਚ ਪਿੱਛੇ ਨਹੀਂ ਹੋਣਾ ਕਿ ਜੇ ਜ਼ਿੰਦਗੀ ਵਿੱਚ ਘਰ ਵਿੱਚ ਕੋਈ ਪਰਿਵਾਰਿਕ ਮੁਸ਼ਕਲ ਆ ਜਾਂਦੀ ਹੈ ਐਡਜਸਟ ਕਰਨਾ ਸਿੱਖੋ ਇਹ ਨਹੀਂ ਹੈ ਕਿ ਸਾਡੀਆਂ ਡਿਮਾਂਡਸ ਪੂਰੀਆਂ ਹੋਣੀਆਂ ਚਾਹੀਦੀਆਂ ਪੇਰੈਂਟਸ ਨਾਲ ਵੀ ਐਡਜਸਟ ਕਰਨਾ ਸਕੂਲ ਚ ਵੀ ਟੀਚਰਸ ਨਾਲ ਐਡਜਸਟ ਕਰਨਾ ਬੱਚਿਆਂ ਨਾਲ ਐਡਜਸਟ ਕਰਨਾ ਫਿਰ ਕੀ ਹੋ ਗਿਆ ਜੇ ਜ਼ਿੰਦਗੀ ਚ ਮੁਸੀਬਤਾਂ ਆ ਗਈਆਂ ਹੌਸਲਾ ਰੱਖੋ ਪ੍ਰਮਾਤਮਾ ਸਭ ਦੇ ਕਹਿੰਦੇ ਅੰਗ ਸੰਗ ਹੈ ਇਹ ਕੌਣ ਸਮਝਾ ਰਹੀ ਹੈ ਬੇਬੇ ਤੁਹਾਨੂੰ ਸਭ ਨੂੰ ਪਤਾ ਹੈ ਘਰ ਵਿੱਚ ਵੱਡੇ ਇਸ ਤਰ੍ਹਾਂ ਹੀ ਸਮਝਾਉਂਦੇ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਕਿ ਪ੍ਰਮਾਤਮਾ ਤੇ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ ਪਰ ਉਦੋਂ ਹੀ ਪ੍ਰਮਾਤਮਾ ਸਹਾਈ ਹੁੰਦਾ ਹੈ ਜੇ ਅਸੀਂ ਆਪ ਮਿਹਨਤ ਕਰਦੇ ਹਾਂ ਜੇ ਅਸੀਂ ਮੁਸੀਬਤਾਂ ਤੋਂ ਘਬਰਾਉਂਦੇ ਨਹੀਂ ਹਾਂ ਨੈਕਸਟ ਬੇਬੀ ਨੂੰ ਜੇ ਪਤਾ ਲੱਗਦਾ ਕਿ ਕਿਸੇ ਗੁਆਂਢੀ ਨੇ ਹੁਣ ਅਗਲਾ ਪੈਰਾ ਦੇਖੋ ਕਿ ਉਹਨੂੰ ਉਹ ਗੁਆਂਢੀ ਵੀ ਉਹ ਇਨਸਾਨ ਚੰਗੇ ਨਹੀਂ ਲੱਗਦੇ ਜਿਹੜੇ ਆਪਣੀਆਂ ਔਰਤਾਂ ਨੂੰ ਕੁੱਟਦੇ ਨੇ ਔਰਤਾਂ ਲਈ ਜਿਹੜੀ ਮਾੜੀ ਭਾਸ਼ਾ ਵਰਤਦੇ ਨੇ ਜਿਹੜੀ ਕਿ ਘਰ ਚ ਲਾਉਂਦੀ ਹੈ ਕੀ ਕਹਿੰਦੀ ਹੈ ਬੇਬੇ ਨੂੰ ਜੇ ਪਤਾ ਲੱਗਦਾ ਕਿਸੇ ਗੁਆਂਢੀ ਨੇ ਆਪਣੀ ਜਨਾਨੀ ਉੱਪਰ ਹੱਥ ਚੁੱਕਿਆ ਕਈ ਵਾਰੀ ਜਿਹੜੇ ਜੈਂਟਸ ਲੋਕ ਨੇ ਨਾ ਆਪਣਾ ਰੋਹ ਪਾਉਂਦੇ ਨੇ ਕਿ ਮੈਂ ਘਰ ਦਾ ਮੁਖੀ ਹਾਂ ਮੇਰੇ ਅਕੋਰਡਿੰਗ ਹੀ ਚੱਲੋ ਹਨਾ ਫਿਰ ਉਹ ਆਪਣੀਆਂ ਪਤਨੀਆਂ ਨੂੰ ਕੁਛ ਵੀ ਨਹੀਂ ਸਮਝਦੇ ਉਹਨਾਂ ਨੂੰ ਤਾਂ ਪੈਰ ਦੀ ਜੁੱਤੀ ਜਾਂਦੀ ਹੈ ਤੇ ਫਿਰ ਹੱਥ ਵੀ ਚੁੱਕ ਲੈਂਦੇ ਆ ਬੋਲ ਪਾਣੀ ਵੀ ਉਹਨਾਂ ਦੀ ਮਾੜੀ ਹੋ ਜਾਂਦੀ ਹੈ ਇਹ ਨੀ ਪਤਾ ਕਿ ਜੇ ਔਰਤ ਘਰ ਵਿੱਚ ਹੈ ਤਾਂ ਘਰ ਚਾਨਣ ਹੈ ਜਿਵੇਂ ਲੇਖਕ ਕਹਿੰਦਾ ਜੇ ਮਾਂ ਹੈ ਘਰ ਵਿੱਚ ਜੇ ਬੇਬੇ ਘਰ ਚ ਤਾਂ ਕੀ ਹੈ ਬੇਟੇ ਉਹ ਦਿਨ ਤਿਉਹਾਰ ਵਰਗੀ ਰੌਣਕ ਹੈ ਦਿਨ ਤਿਉਹਾਰ ਵਰਗੀ ਰੌਣਕ ਹੈ ਤੁਸੀਂ ਵੀ ਸਮਝਦੇ ਹੋਗੇ ਮਹਿਸੂਸ ਕਰਦੇ ਹੋਗੇ ਕਿ ਨਹੀਂ ਜਿਸ ਦਿਨ ਤੁਹਾਡੇ ਮਦਰ ਘਰੋਂ ਚਲੇ ਜਾਣ ਕਿਸੇ ਰਿਐਲਿਟੀ ਤੇ ਤੁਹਾਨੂੰ ਘਰ ਸੁਣਨਾ ਸੁਣਨਾ ਜਾਂਦਾ ਘਰ ਚ ਰੌਣਕ ਨੀ ਲਈ ਸਾਰੀ ਕਿਚਨ ਦਾ ਕੰਮ ਸੰਭਾਲਣ ਵਾਲੇ ਘਰ ਨੂੰ ਮੈਨੇਜ ਕਰਨ ਵਾਲੇ ਬੱਚਿਆਂ ਦੀ ਦੇਖ ਰੇਖ ਕਰਨ ਵਾਲੇ ਕੌਣ ਹੈ ਮਦਰ ਹੀ ਤਾਂ ਹੈ ਕਿ ਨਹੀਂ ਬੇਟੇ ਸਭ ਤੋਂ ਜ਼ਿਆਦਾ ਅਟੈਚ ਖਾਸ ਕਰਕੇ ਜਿਹੜੇ ਬੋਇਜ਼ ਨੇ ਉਹ ਤਾਂ ਮਦਰ ਨਾਲ ਅਟੈਚ ਹੀ ਹੁੰਦੇ ਨੇ ਠੀਕ ਹੈ ਨਾ ਇਹਦਾ ਮਤਲਬ ਔਰਤ ਨੂੰ ਕਦੇ ਮੰਦਾ ਨਾ ਬੋਲੋ ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਕਿਹਾ ਸੋ ਕਿ ਮੰਦਾ ਆਖੇ ਜਿੱਤੇ ਰਜਾਨ ਕੱਲ ਦੀ ਕਲਾਸ ਚ ਆਪਾਂ ਇਹੀ ਲੇਖ ਡਿਸਕਸ ਕਰਨਾ ਹੈ ਠੀਕ ਹੈ ਤੁਕਾਂ ਤੇ ਆਧਾਰਿਤ ਕਿਹੜਾ ਲੇਖ ਕਰਨਾ ਸੋ ਕਿ ਮੰਦਾ ਆਖੇ ਜਿੱਤੇ ਰਜਾਨ ਕਿ ਜਿਹੜੀ ਔਰਤ ਜਗਤ ਜਨਨੀ ਹੈ ਉਹਨੂੰ ਕਦੀ ਮੰਦਾ ਨਾ ਬੋਲੋ ਔਰ ਬੇਬੇ ਵੀ ਕਹਿੰਦੀ ਕਹਿੰਦੀ ਜੇਕਰ ਕੋਈ ਗੁਆਂਢੀ ਕਿਸੇ ਜਨਾਨੀ ਉੱਪਰ ਹੱਥ ਚੁੱਕਦਾ ਤਾਂ ਉਲਾਂਭਾ ਦੇਣ ਉਸਦੇ ਘਰ ਜਾਂਦੀ ਕਿ ਤੂੰ ਇਹ ਕਿਹੜਾ ਕਰਮ ਕਰ ਰਿਹਾ ਉਹਨੂੰ ਆਖਦੀ ਵੇ ਧਰਤੀ ਨੂੰ ਕੁੱਟ ਲਿਆ ਜੇ ਆ ਜਨਾਨੀ ਨੂੰ ਕੁੱਟ ਲਿਆ ਕਹਿੰਦਾ ਜਿੱਦਾਂ ਤੂੰ ਆਪਣੀ ਜਨਾਨੀ ਦੇ ਪ੍ਰਤੀ ਤੇਰਾ ਬਿਹੇਵੀਅਰ ਹੈ ਨਾ ਟ੍ਰੀਟ ਕਰਦਾ ਇਹਦਾ ਮਤਲਬ ਧਰਤੀ ਮਾਂ ਨੂੰ ਤੂੰ ਇਸ ਤਰ੍ਹਾਂ ਤਿਰਸਕਾਰਦਾ ਧਰਤੀ ਮਾਂ ਨੂੰ ਤੂੰ ਕੁੱਟ ਰਿਹਾ
मीन जड़ी मां है उन्होंने धरती मां का दर्जा दिता है। धनी राम चात्री भी एक कवि होया कहना पहली मां लक्ष्मी देवी जिसने जन के अकल सिखाई। पहली मां कड़ी है जन्मदाती साड़ी जन्मदाती जिन्हें सानू अकल दिती है। दूजी मां धरती मां जिसकी मिट्टी मेनू चढ़िया। ये तुसी मां बोली कविता जरा मात भाषा वाला लेख किता उहदे च लाइना लिख सकते हो। दूजी मां साड़ी कड़ी है धरती मां ते तीजी मां पंजाबी बोली इहो जिही मनोहर मिठी होर कोई बोली नहीं जिहड़ी कवि ने सत्रां कहियां ने। पहली मां साड़ी जन्मदाती जिसने जन के अकल सिखाई। सानू अकल कौन सिखांदा है संस्कार कौन देंदा है साड़ी मां जिन्ने सानू जन्म दिता। दूजी मां साड़ी भारत माता है धरती माता है जिसकी मिट्टी विच असीं पैदा होए हां। तीजी मां साड़ी बोली है जिहड़ी असीं बचपन विच मां कोलों सिखी है। क्लीयर बेटे नैक्सट ਉਹਨੂੰ ਕੀ ਸਮਝਾਉਂਦੇ ਆ ਇਸ ਵਿੱਚ ਕਾਹਦੀ ਤੂੰ ਸੁਰਮ ਗਤੀ ਦਿਖਾਉਂਦਾ ਹੈ। ਕਹਿੰਦੇ ਤੇਰੀ ਬਹਾਦਰੀ ਹੈ ਜਿਹੜੇ ਤੂੰ ਜਨਾਨੀ ਨੂੰ ਕੁੱਟਦਾ। ਜਨਾਨੀ ਨੂੰ ਕੁੱਟਿਆ ਮੀਂਹ ਧਰਤੀ ਨੂੰ ਕੁੱਟਿਆ ਕੋਈ ਹੈ ਸ਼ਰਮ ਹਾਂ ਤੈਨੂੰ। ਕਹਿੰਦਾ ਉਹਨੂੰ ਫਿਟਕਾਰਦੀ ਹੈ ਗੁਆਂਢੀ ਨੂੰ ਕੌਣ ਬੇਬੇ ਕਿ ਜਿਹੜਾ ਵੀ ਕੋਈ ਗਲਤ ਕੰਮ ਕਰਦਾ ਹੈ ਡੋਬ ਦੇਗਾ ਇਸ ਗਊ ਦਾ ਹੋਕਾ। ਉਹਨੂੰ ਕਿਵੇਂ ਸਮਝਾਉਂਦੀ ਹੈ ਕਿ ਇਹਦੀਆਂ ਬਦਦੁਆਵਾਂ ਤੈਨੂੰ ਲੱਗ ਜਾਣਗੀਆਂ ਤੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ। ਇਹਦਾ ਮਤਲਬ ਕੀ ਹੈ ਕਿ ਜਿਹੜਾ ਘਰ ਵਿੱਚ ਆਪਣੀ ਪਤਨੀ ਔਰਤ ਦੀ ਇੱਜ਼ਤ ਨਹੀਂ ਕਰਦਾ ਉਹਦੀ ਜ਼ਿੰਦਗੀ ਵਿੱਚ ਹਨੇਰ ਹੈ। ਰੋਟੀ ਪਕਦੀ ਤੈਨੂੰ ਬੁਰੀ ਲੱਗਣ ਲੱਗ ਪਈ ਕਹਿੰਦਾ ਰੋਟੀ ਨਹੀਂ ਮਿਲਣੀ ਤੈਨੂੰ। ਬੇਬੇ ਉਹਨੂੰ ਕੀ ਸਮਝਾਉਂਦੀ ਗੁਆਂਢੀ ਨੂੰ ਜੇਕਰ ਤੂੰ ਆਪਣੀ ਪਤਨੀ ਨੂੰ ਇਹਦਾ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਤਾਂ ਰੋਟੀ ਪਕਦੀ ਤੈਨੂੰ ਬੁਰੀ ਲੱਗ ਰਹੀ ਹੈ ਤਾਂ ਲੱਗਦਾ ਤੈਨੂੰ ਰੋਟੀ ਨਹੀਂ ਮਿਲਣੀ। ਫਿਰ ਬੇਸ਼ਰਮ ਸੁਣ ਕੇ ਸਾਰੇ ਸੁੰਨ ਹੋ ਜਾਂਦੇ। ਜਦੋਂ ਇਹ ਜਿਹੀਆਂ ਗੱਲਾਂ ਕੱਢੀ ਨਾ ਸਾਰੇ ਸੁਣ ਹੋ ਜਾਂਦੇ ਕਿ ਬੇਬੇ ਦੀਆਂ ਗੱਲਾਂ ਵਿੱਚ ਤਰਕ ਕਿੰਨਾ। ਇੱਕ ਵਾਰ ਪਿੰਡ ਕਿਸੇ ਕੰਮ ਕਿਸੇ ਦੇ ਘਰ ਗਈ ਬੇਬੇ। ਇਹ ਲੇਖਕ ਸਾਰੇ ਵਿਚਾਰ ਸਾਂਝੇ ਕਰ ਰਿਹਾ। ਲੇਖਕ ਕੌਣ ਹੈ ਹਰਪਾਲ ਸਿੰਘ ਪੰਨੂ। ਕਿਹੜੇ ਵਿਚਾਰ ਸਾਂਝੇ ਕਰੇ ਆਪਣੇ ਬੇਬੇ ਜੀ ਦਾ ਚੰਗਾ ਵਰਤਾਰਾ ਕਿ ਸਾਡੀ ਬੇਬੇ ਆਪਣੇ ਆਪ ਵਿੱਚ ਇੱਕ ਮਿਸਾਲ ਸੀ। ਹੋਰ ਕੀ ਗੱਲ ਸਾਂਝੀ ਕਰ ਰਿਹਾ ਹੈ ਕਿ ਜੇ ਕਿਸੇ ਪਿੰਡ ਦੇ ਘਰ ਕਿਸੇ ਦੇ ਘਰ ਗਈ ਹੈ ਬੇਬੇ ਆ ਕੇ ਕਹਿਣ ਲੱਗੀ ਬੜਾ ਵੱਡਾ ਟੱਬਰ ਸੀ ਕਿੱਥੋਂ ਪਤਾ ਲੱਗ ਗਿਆ ਉਹਨੂੰ ਟੱਬਰ ਵੱਡਾ। ਕਹਿੰਦੇ ਇਹ ਕਿਵੇਂ ਪਤਾ ਲੱਗ ਜਾਂਦਾ ਸੀ ਬੇਬੇ ਤੈਨੂੰ ਕਿ ਬੜਾ ਵੱਡਾ ਟੱਬਰ ਹੈ। ਕਹਿੰਦਾ ਮੈਂ ਪੁੱਛਿਆ ਤੁਹਾਨੂੰ ਕਿੱਥੋਂ ਦੇਖ ਲਿਆ ਕਿ ਇਸਦਾ ਪਰਿਵਾਰ ਵੱਡਾ ਹੈ। ਕੀ ਕਹਿੰਦੀ ਬੇਬੇ ਨੇ ਹੱਸ ਕੇ ਕਿਹਾ ਟੱਬਰ ਦੇਖ ਕੇ ਕੀ ਕਰਨਾ ਸੀ ਕਰਤਾਰ ਕੌਰ ਰੋਟੀਆਂ ਪਕਾਉਂਦੀ ਦੇਖੀ। ਕਿਹਦੇ ਘਰ ਗਈ ਸੀ ਕਰਤਾਰ ਕੌਰ ਦੇ। ਅੰਡਰਲਾਈਨ ਕਰੋ ਕਿਸਦਾ ਟੱਬਰ ਬਹੁਤ ਵੱਡਾ ਸੀ ਕਰਤਾਰ ਕੌਰ ਦਾ। ਕਿੱਥੋਂ ਪਤਾ ਚੱਲਿਆ ਜਦੋਂ ਨੇ ਪ੍ਰਾਂਤ ਵਿੱਚ ਬਹੁਤ ਸਾਰਾ ਆਟਾ ਗੁੰਨਿਆ। ਕਹਿੰਦਾ ਪ੍ਰਾਂਤ ਵਿੱਚ ਗੁੰਨਿਆ ਹੋਇਆ ਆਟਾ ਦੇਖ ਕੇ ਪਤਾ ਲੱਗ ਗਿਆ ਭੇਡ ਮਾਰ ਕੇ ਲਟਾਈ ਹੋਵੇ ਮੀਨਸ ਬਹੁਤ ਸਾਰਾ ਆਟਾ ਗੁੰਨ ਲਿਆ। ਇਹਦਾ ਮਤਲਬ ਇਹਦਾ ਪਰਿਵਾਰ ਕੀ ਹੈ ਸੁੱਖ ਨਾਲ। ਸੁੱਖ ਨਾਲ ਪਰਿਵਾਰ ਕੀ ਹੈ ਬੇਟੇ ਬਹੁਤ ਵੱਡਾ ਹੈ। ਉਲਾਂਭਾ ਮੀਨਸ ਕਿਸੇ ਨੂੰ ਸ਼ਿਕਾਇਤ ਕਰਨੀ। ਉਲਾਂਭਾ ਮੀਨਸ ਸ਼ਿਕਾਇਤ ਕਰਨ ਜਾਣਾ। ਕੋਈ ਕਿਸੇ ਤੋਂ ਗਲਤੀ ਹੋ ਗਈ ਨਾ ਉਹਨੂੰ ਨਾਲ ਦੇ ਗੁਆਂਢੀਆਂ ਦੇ ਬੱਚੇ ਨੇ ਉਹਨਾਂ ਦੇ ਬੱਚੇ ਨੂੰ ਆਖਿਆ ਕਿ ਅਸੀਂ ਉਹਨੂੰ ਉਲਾਂਭਾ ਦੇਣਗੇ ਕਿ ਤੁਹਾਡੇ ਬੱਚੇ ਨੇ ਸਾਡੇ ਬੱਚੇ ਨੂੰ ਗਿਰਾ ਦਿੱਤਾ। ਇਹਨੂੰ ਸ਼ਿਕਾਇਤ ਕਰਨੀ ਗਿਲਾ ਕਰਨਾ ਠੀਕ ਹੈ। ਨੈਕਸਟ ਸੁਨੇਹਾ ਮਿਲਿਆ ਬੇਬੇ ਜੀ ਨੇ ਸੱਦਿਆ ਹੈ ਹੁਣੇ ਚਲੇ ਜਾਣਾ। ਮੈਂ ਤੁਰੰਤ ਗਿਆ ਤੇ ਹਾਲ ਪੁੱਛਿਆ। ਬੇਬੇ ਕਹਿਣ ਲੱਗੀ ਇੰਨੇ ਦਿਨ ਆਇਆ ਕਿਉਂ ਨਹੀਂ। ਮੈਂ ਦੱਸਿਆ ਡਿਊਟੀ ਦੇ ਕੰਮ ਕਾਜ ਬਹੁਤ ਹਨ ਤੇ ਤੁਹਾਡੇ ਕੋਲ ਰੌਣਕ ਤਾਂ ਲੱਗੀ ਹੀ ਰਹਿੰਦੀ ਹੈ। ਬੇਬੇ ਨੇ ਕਿਹਾ ਇਹ ਰੌਣਕ ਮੈਂ ਕੀ ਕਰਨੀ ਆ। ਦੇਖੋ ਬੇਬੇ ਨੂੰ ਵੀ ਕੀ ਮਹਿਸੂਸ ਹੁੰਦਾ ਕਿ ਜੇ ਘਰ ਵਿੱਚ ਬੱਚੇ ਨੇ ਤਾਂ ਰੌਣਕਾਂ ਨੇ। ਮੈਂ ਉਹ ਜਿੰਦਰਾ ਹਾਂ ਜਿਹੜਾ ਕਿਸੇ ਵੱਡੇ ਕਿਲੇ ਨੂੰ ਲਗਾ ਦਿੰਦਾ। ਆਪਣੇ ਆਪ ਨੂੰ ਘਰ ਦਾ ਕੀ ਮੰਨਦੀ ਹੈ ਜਿੰਦਰਾ ਤੇ ਬੱਚੇ ਕੀ ਹਨ। ਬੱਚੇ ਕੀ ਹਨ ਜਿੰਦਰੇ ਨੂੰ ਖੋਲਣ ਵਾਲੀ ਚਾਬੀ। ਨੋਟ ਕਰ ਲਓ ਇਹ ਬੇਬੇ ਵਾਰਤਕ ਲੇਖ ਵਿੱਚ ਜਿੰਦਰਾ ਕਿਸ ਨੂੰ ਮੰਨਿਆ ਗਿਆ ਹੈ ਬੇਬੇ ਨੂੰ ਤੇ ਲੇਖਕ ਕੀ ਆ ਉਸ ਘਰ ਦੀ ਚਾਬੀ। ਨੋਟ ਕਰੋ ਵਨ ਮਾਰਕ ਕੁਐਸਚਨ ਤੁਸੀਂ ਸਾਰੇ ਬੱਚੇ ਕੀ ਹੋ ਘਰ ਖੋਲਣ ਵਾਲੀ ਚਾਬੀ। ਸਾਡੇ ਜਿਹੜੇ ਦਾਦਾ ਦਾਦੀ ਨੇ ਉਹ ਕੀ ਹਨ ਉਹ ਘਰ ਦਾ ਜਿੰਦਰਾ ਹਨ ਤਾਲਾ ਹਨ। ਕਹਿੰਦੇ ਹੁੰਦੇ ਨਾ ਕਿ ਸਿਆਣੇ ਤਾਂ ਘਰ ਦਾ ਤਾਲਾ ਹੁੰਦੇ ਨੇ ਉਹਨਾਂ ਦੇ ਹੁੰਦਿਆਂ ਘਰ ਦਾ ਕੋਈ ਚਿੰਤਾ ਫਿਕਰ ਨਹੀਂ ਹੈ। ਮੇਰੇ ਬੱਚੇ ਇਸ ਜਿੰਦਰੇ ਦੀਆਂ ਕੁੰਜੀਆਂ ਹਨ। ਕੁੰਜੀਆਂ ਅੰਡਰਲਾਈਨ ਕਰੋ। ਬੇਬੇ ਬੱਚਿਆਂ ਨੂੰ ਕੀ ਮੰਨਦੀ ਹੈ ਜਿੰਦਰੇ ਦੀਆਂ ਕੁੰਜੀਆਂ। ਵਨ ਮਾਰਕ ਕੁਐਸਚਨ
जिंदरा खुलता है लेखक नूं की कहती है किहदे आंदे जिंदरा खुलता है बच्चों के आंदे लेखक के आंदे नाल की खुलता है वन मार क्वेश्चन नोट करो किसे आंदा जिंदरा खुलता बेटे आपकी है वो जिंदरा है बेबे की है जिंदरा ताला ते बच्चे की है चाबी जो कि घाटियां रौनकां हन मैं हुण मिट्टी का बहुत वड्डा ते पुराना थे हाँ थे का मतलब की होंदा थे का ओपोजिट होंदा आबादी तुसी विरोधी शब्द किते होए कहिंदी मैं तां हुण किथे हां मेरी किन्नी जिंदगी रह गई है इस नूं फरोलेगा तो कुछ कुछ मिलेगा कहिंदे जिहड़ा कोई इहदे नाल कोई गलबात करेगा तो इहदे तों कुछ ना कुछ जिंदगी दे तर्क मिलणगे फरोलेगा मीन इहदे नाल कोई गलबात करेगा कोई इहदा मतलब की है कि घर दे बुजुर्गां नूं समां देना चाहीदा उहनां नाल बैठ के गल्लां बातां करनियां चाहीदियां ने ਉਹਨਾਂ ਤੋਂ ਸਾਨੂੰ ਜ਼ਿੰਦਗੀ ਵਿੱਚ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਉਹਨਾਂ ਨੇ ਜ਼ਿੰਦਗੀ ਦੇਖੀ ਹੈ ਹੰਡਾਈ ਹੈ ਉਹ ਤਜਰਬੇਕਾਰ ਉਹ ਸਾਨੂੰ ਜੀਵਨ ਜਾਂਚ ਦੇ ਕੀ ਦੱਸਦੇ ਨੇ ਕਲਿਊ ਦੱਸਦੇ ਨੇ ਰਾਹ ਦੱਸਦੇ ਨੇ ਕਿ ਜ਼ਿੰਦਗੀ ਕਿਵੇਂ ਜਿਉਣੀ ਹੈ ਮੁਸ਼ਕਲਾਂ ਤੋਂ ਨਹੀਂ ਘਬਰਾਉਣਾ ਠੀਕ ਹੈ ਨੈਕਸਟ ਫਿਕਰੇ ਨਿਕਲਣਗੇ ਹੱਡੀਆਂ ਮਿਲਣਗੀਆਂ ਵੱਡਾ ਖਜ਼ਾਨਾ ਨਾ ਸਹੀ ਕੋਈ ਸਿੱਕਾ ਕੋਈ ਗਹਿਣਾ ਲੱਭ ਸਕਦਾ ਹੈ ਆਖਰ ਇੱਥੇ ਇੱਕ ਦੇਸ ਵਸਦਾ ਸੀ ਕਦੀ ਜੋ ਹੁਣ ਥੇ ਹੋ ਗਿਆ ਥੇ ਦਾ ਮਤਲਬ ਕੀ ਹੁੰਦਾ ਵੀਰਾਨ ਸੁਨਸਾਨ ਉਜਾੜ ਓਪੋਜ਼ਿਟ ਕੀ ਹੁੰਦਾ ਥੇ ਦਾ ਆਬਾਦੀ ਕਦੀ ਕਰਾਈ ਆ ਕੇ ਇਸ ਨੂੰ ਫਰੋਲ ਫਰਾਲ ਜਾਇਆ ਕਰ ਕੌਣ ਕਹਿ ਰਿਹਾ ਹੈ ਲੇਖਕ ਨੂੰ ਯਾਦ ਆ ਰਿਹਾ ਉਹਦੀ ਬੇਬੇ ਉਹਨੂੰ ਯਾਦ ਕਰਕੇ ਕਹਿੰਦੀ ਹੁੰਦੀ ਸੀ ਨੈਕਸਟ ਬੇਬੇ ਇੱਕ ਦਿਨ ਕਹਿਣ ਲੱਗੀ ਕਿੰਨੀ ਪਾਪੀ ਹੋ ਗਏ ਨੇ ਤੇਰੇ ਪਿੰਡ ਦੇ ਲੋਕ ਲੇਖਕ ਨੂੰ ਉਹ ਸਮਾਂ ਵੀ ਯਾਦ ਆਉਂਦਾ ਜਦੋਂ ਬੇਬੇ ਉਹਨੂੰ ਕੀ ਕਹਿੰਦੀ ਸੀ ਕਿੰਨੇ ਪਾਪੀ ਹੋ ਗਏ ਨੇ ਤੇਰੇ ਪਿੰਡ ਦੇ ਲੋਕ ਮੋਰਾਂ ਨੂੰ ਮਾਰ ਕੇ ਖਾ ਜਾਂਦੇ ਨੇ ਕਹਿੰਦਾ ਪੰਛੀਆਂ ਤੇ ਜ਼ੁਲਮ ਕਰਦੇ ਨੇ ਮੁਰਗਾਬੀਆਂ ਦਾ ਕੀ ਕੁੰਜਾਂ ਨੂੰ ਵੀ ਨਹੀਂ ਛੱਡਦੇ ਕੁੰਜ ਵੀ ਪੰਛੀ ਹੈ ਮੁਰਗਾਬੀ ਵੀ ਪੰਛੀ ਹੈ ਠੀਕ ਹੈ ਮੁਰਗਾਬੀ ਹੰਸ ਹੰਸ ਜਿਹਨੂੰ ਕਹਿੰਦੇ ਨਾ ਸਵਾਨ ਉਹਨੂੰ ਕਹਿੰਦੇ ਨੇ ਮੁਰਗਾਬੀ ਠੀਕ ਹੈ ਉਹਨਾਂ ਦਾ ਸ਼ਿਕਾਰ ਵੀ ਕਰਦੇ ਨੇ ਇਹ ਪਿੰਡ ਦੇ ਲੋਕ ਕਿੰਨੇ ਬੇਰਹਿਮ ਹੋ ਗਏ ਪੰਛੀਆਂ ਦਾ ਜ਼ੁਲਮ ਕਰਦੇ ਨੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਕੋਈ ਉੱਚੀ ਦੇ ਕੇ ਮੋਰਵਾਂ ਕਿਆ ਗੋ ਕਹਿ ਦੇ ਧੜੜੇ ਗੋਲੀ ਮਾਰ ਦੇ ਕਹਿੰਦਾ ਕੋਈ ਬੋਲਦਾ ਨਾ ਪੰਛੀ ਪਤਾ ਲੱਗ ਜਾਂਦਾ ਕਿ ਇੱਧਰ ਪੰਛੀ ਹੈ ਉਹਨੂੰ ਸ਼ਿਕਾਰ ਬਣਾ ਲੈਂਦੇ ਨੇ ਕਿੱਦਾਂ ਦੇ ਲੋਕ ਨੇ ਗਿਰਜਾਂ ਤਾਂ ਰਹੀਆਂ ਹੀ ਨਹੀਂ ਹੁਣ ਇਹ ਹੱਡਾ ਰੋੜੀ ਵਿੱਚ ਕਿਉਂ ਨਹੀਂ ਜਾ ਬੈਠਦੇ ਮੁਰਦਾਰ ਖਾਂ ਲਈ ਕਹਿੰਦਾ ਮੇਰਾ ਦਿਲ ਕਰਦਾ ਤਾਂ ਉਜਾੜਾਂ 'ਚ ਚਲੇ ਜਾਣ ਜਿੱਥੇ ਇਹਨਾਂ ਨੂੰ ਇਹ ਕੁਝ ਮਿਲਦਾ ਹੱਡਾ ਰੋੜੀ ਜਿੱਥੇ ਇਹਨਾਂ ਨੂੰ ਆਈ ਹੱਡੀਆਂ ਰੋੜੀਆਂ ਹੀ ਮਿਲਣੀਆਂ ਖਾਣ ਨੂੰ ਮਾਸ ਖਾਣਾ ਜਿਹੜੇ ਗਿੱਜ ਗਏ ਨੇ ਮੁਰਦਾਰ ਮੀਨਸ ਮੁਰਦਾਰ ਦਾ ਮਤਲਬ ਮਾਸ ਖਾਣਾ ਮਾਰ ਕੇ ਸ਼ਿਕਾਰ ਕਰਕੇ ਮੁਰਦੇ ਮੁਰਦੇ ਖਾਣੇ ਗਿਰਜ ਵੀ ਜਿਹੜਾ ਹੈ ਪੰਛੀ ਆ ਗਿਰਜਾਂ ਗਿਰਜਾਂ ਵੀ ਨਹੀਂ ਛੱਡਦੇ ਜਿਹੜੀ ਜਿਵੇਂ ਇੱਲੂ ਹੁੰਦੇ ਆ ਨਾ ਉਵੇਂ ਗਿਰਚ ਹੈ ਦੇਖ ਜਾਨਵਰਾਂ ਨੂੰ ਮਾਰਨਾ ਪਾਪ ਹੈ ਇਹ ਸਮਝਾਉਣਾ ਚਾਹੁੰਦੀ ਹੈ ਬੇਬੇ ਬੇਬੇ ਕੀ ਸਮਝਾਉਣਾ ਚਾਹੁੰਦੀ ਹੈ ਇਹਦੇ ਰਾਹੀਂ ਇਹ ਕਿਉਂ ਹਵਾਲਾ ਦਿੰਦਾ ਹੈ ਕਿ ਜਾਨਵਰਾਂ ਵਿੱਚ ਵੀ ਜਾਨ ਹੈ ਉਹ ਵੀ ਉਹਨਾਂ ਨੂੰ ਸਮਾਂ ਦਿਓ ਤਾਂ ਉਹਨਾਂ ਦੀ ਭਾਸ਼ਾ ਸਮਝ ਆਉਂਦੀ ਹੈ ਇਹ ਜਾਨਵਰਾਂ ਨੂੰ ਪੰਛੀਆਂ ਨੂੰ ਮਾਰਨਾ ਪਾਪ ਹੈ ਇਹ ਸਮਝਾਉਣਾ ਚਾਹਿਆ ਉਹ ਲੋਕ ਪਾਪੀ ਹੁੰਦੇ ਨੇ ਜਿਹੜੇ ਜਾਨਵਰਾਂ ਤੇ ਪੰਛੀਆਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾਂਦੇ ਨੇ ਨੈਕਸਟ ਬੇਬੇ ਨੂੰ ਹੁਣ ਘੱਟ ਸੁਣਦਾ ਹੁਣ ਲਾਸਟ ਅਖੀਰੀ ਸਮਾਂ ਬੇਬੇ ਦਾ ਬਿਆਨ ਕਰ ਰਿਹਾ ਜਦੋਂ 90 ਸਾਲਾਂ ਦੀ ਹੋ ਗਈ ਹੈ ਬੇਬੇ ਨੂੰ ਜਦੋਂ ਇਨਸਾਨ 90 ਸਾਲ ਦੇ ਕਰੀਬ ਹੋ ਜੇ ਉਹਦੀ ਸੁਣਨ ਸ਼ਕਤੀ ਕੰਮ ਹੋ ਗਈ ਉਹਦੀਆਂ ਅੱਖਾਂ ਦੀ ਰੋਸ਼ਨੀ ਵੀ ਕੰਮ ਹੋ ਜਾਂਦੀ ਹੈ ਦਿਖਣਾ ਵੀ ਕੰਮ ਹੈ ਜਿਵੇਂ ਜਿਵੇਂ ਏਜ ਹੁੰਦੀ ਜਾਂਦੀ ਹੈ ਆਪਾਂ ਦੇਖਦੇ ਹਾਂ ਤਾਂ ਅੱਖਾਂ ਦੀ ਰੋਸ਼ਨੀ ਕੰਮ ਹੁੰਦੀ ਹੈ ਬੋਲਣ ਦੀ ਹਿੰਮਤ ਵੀ ਨਹੀਂ ਰਹਿੰਦੀ ਸੁਣਨ ਦੀ ਸ਼ਕਤੀ ਵੀ ਘੱਟ ਗਈ ਕਹਿੰਦਾ ਹੁਣ ਬੇਬੇ ਕਿੰਨੇ ਸਾਲਾਂ ਦੀ ਹੋ ਗਈ 90 ਸਾਲਾਂ ਦੀ ਉਹਨੂੰ ਘੱਟ ਸੁਣਦਾ ਘੱਟ ਦਿਸਦਾ ਸਾਨੂੰ ਦੇਖ ਕੇ ਕਦੀ ਕਦੀ ਖੁਸ਼ ਹੋ ਜਾਂਦੀ ਕਦੀ ਉਦਾਸ ਮੈਂ ਕਿਹਾ ਅਸੀਂ ਖੁਸ਼ੀ ਦੀ ਗੱਲ ਤਾਂ ਦੱਸ ਦਿੰਦੇ ਹਾਂ ਪਰ ਕਈ ਵਾਰ ਉਦਾਸ ਕਰਨ ਵਾਲੀ ਗੱਲ ਉਹਨੂੰ ਨਹੀਂ ਦੱਸੇ ਕਿ ਇਹ ਦੁਖੀ ਹੋਏਗੀ ਵੀ ਘਰ 'ਚ ਕੋਈ ਮਿਸ ਹੈਪਨਿੰਗ ਹੋ ਗਈ ਨਾ ਬੇਬੇ ਨੂੰ ਨਹੀਂ ਦੱਸਣਾ ਕਿਉਂਕਿ ਬੇਬੇ ਨੂੰ ਤਾਂ ਘਰ ਦੀਆਂ ਖੁਸ਼ੀਆਂ ਚੰਗੀਆਂ ਲੱਗਦੀਆਂ ਬੱਚੇ ਹੱਸਦੇ ਖੇਡਦੇ ਚੰਗੇ ਲੱਗਦੇ ਵੱਡੇ ਬਜ਼ੁਰਗਾਂ ਨੂੰ ਆਪਾਂ ਵੀ ਘਰ 'ਚ ਬਜ਼ੁਰਗ ਹੋ ਨਾ ਆਪਾਂ ਕਹਿੰਦੇ ਇਹਨਾਂ ਨੂੰ ਕੋਈ ਮਾੜੀ ਗੱਲ ਨਹੀਂ ਦੱਸਣੀ ਕਿਉਂਕਿ ਜੇ ਘਰ 'ਚ ਕੋਈ ਮਾੜੀ ਗੱਲ ਹੋ ਗਈ ਹੈ ਬੇਬੇ ਤੋਂ ਬਰਦਾਸ਼ਤ ਨਹੀਂ ਹੋਣੀ ਵੱਡਿਆਂ ਤੋਂ ਬਰਦਾਸ਼ਤ ਨਹੀਂ ਹੁੰਦੀ ਕਿ ਮੈਂ ਬੈਠੀ ਹਾਂ ਮੇਰੇ ਬੈਠੀ ਬੈਠੀ ਉਹ ਇਨਸਾਨ ਚਲਾ ਗਿਆ ਇਹ ਬਜ਼ੁਰਗਾਂ ਤੋਂ ਬਰਦਾਸ਼ਤ ਨਹੀਂ ਹੁੰਦਾ
ਬੇਬੇ ਨੇ ਕਿਹਾ ਮੈਨੂੰ ਪਤਾ ਲੱਗ ਜਾਂਦਾ ਤੁਹਾਡੀ ਚੋਰ ਤੋਂ, ਪਰ ਕੀ ਕਰੀਏ ਜਿਹੜੇ ਬਜ਼ੁਰਗ ਨੇ ਉਹ ਤਾਂ ਦਿਲਾਂ ਦੀਆਂ ਕੁਝ ਕੁਝ ਜਾਂਦੇ ਨੇ ਕਿ ਘਰ ਵਿੱਚ ਸਭ ਦੀ ਚਾਲ ਮੱਧਮ ਹੋ ਗਈ ਹੈ, ਸਭ ਦੇ ਬੋਲਣ ਦਾ ਲਹਿਜ਼ਾ ਉਦਾਸੀ ਵਾਲਾ, ਕੁਝ ਵਾਪਰ ਗਏ ਨੇ ਕਿਉਂਕਿ ਉਹਨਾਂ ਨੇ ਜ਼ਿੰਦਗੀ ਦੇਖੀ ਹੈ। ਇਹ ਲੇਖਕ ਦੱਸਦਾ ਕਿ ਬਜ਼ੁਰਗ ਕਿੱਦਾਂ ਇੱਕ ਇੱਕ ਗੱਲ ਬੁੱਝ ਲੈਂਦੇ ਨੇ, ਗੱਲਾਂ ਕਰਦਿਆਂ ਤੁਹਾਡੇ ਚਿਹਰੇ ਦੇਖਦੀ ਹੈ, ਉਹ ਚਿਹਰੇ ਤੋਂ ਭਾਵ ਲੈਂਦੇ ਨੇ, ਚਿਹਰੇ ਦੇ ਐਕਸਪ੍ਰੈਸ਼ਨ ਦੱਸ ਦਿੰਦੇ ਨੇ ਕਿ ਘਰ ਚ ਕੁਛ ਵਾਪਰ ਗਿਆ। ਗੱਲ ਨਹੀਂ ਸੁਣਦੀ ਪਰ ਪਤਾ ਲੱਗ ਜਾਂਦਾ ਹੈ ਤੁਸੀਂ ਦੁੱਖ ਵਿੱਚ ਹੋ ਕਿ ਸੁੱਖ ਵਿੱਚ ਹੋ। ਬੇਬੇ ਦੀ ਉਮਰ ਕਿੰਨੇ ਸਾਲ ਦੀ ਹੋ ਗਈ? 90 ਸਾਲ ਦੀ। 16 ਦੀ ਉਮਰ ਵਿੱਚ ਉਹ ਪਿੰਡ ਵਿੱਚ ਵਿਆਹੀ ਆਈ ਸੀ। ਵਨ ਮਾ ਕੁਸ਼ਚਨ ਨੋਟ ਕਰੋ, ਕਿੰਨੇ ਸਾਲਾਂ ਦੀ ਉਹ ਪਿੰਡ ਵਿੱਚ ਵਿਆਹੀ ਆਈ ਸੀ? 16 ਸਾਲਾਂ ਦੀ। ਹੁਣ ਤੱਕ ਮੇਰਾ ਪਿੰਡ ਉਸਦਾ ਪਿੰਡ ਨਹੀਂ ਬਣਿਆ, ਉਸਦਾ ਪਿੰਡ ਉਹੀ ਹੈ ਜਿੱਥੇ ਉਸਦਾ ਜਨਮ ਹੋਇਆ। ਗੱਲਾਂ ਕਰਦੇ ਹਮੇਸ਼ਾ ਆਖਦੀ ਹੈ ਤੇਰੇ ਪਿੰਡ ਮੈਂ ਇਉਂ ਕੀਤਾ। ਇੱਕ ਦਿਨ ਬੇਬੇ ਨੇ ਸਾਨੂੰ ਬੁਲਾ ਕੇ ਕਿਹਾ, ਹੁਣ ਮੈਂ ਜਿਉਂਦੀ ਹਾਂ, ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਤਾਂ ਆਪਸ ਵਿੱਚ ਮਿਲਦੇ ਰਹੋ, ਮਿਲ ਲੈਂਦੇ ਹੋ। ਜਦੋਂ ਮੈਂ ਨਾ ਰਹੀ ਤਾਂ ਇੱਕ ਰਾਜਧਾਨੀ ਟੁੱਟ ਜਾਏਗੀ। ਮੀਨਸ ਆਪਣੇ ਆਪ ਨੂੰ ਰਾਜਧਾਨੀ ਦਾ ਰੁਤਬਾ ਦਿੰਦੀ, ਰਾਜਧਾਨੀ ਜਿਵੇਂ ਦਿੱਲੀ ਸਾਡੇ ਭਾਰਤ ਦੀ ਰਾਜਧਾਨੀ ਹੈ ਜਿੱਥੇ ਸਾਰਾ ਰਾਜ ਹੈ, ਸਲਤਨਤ ਹੈ। ਠੀਕ ਹੈ, ਕਲੀਅਰ ਹੈ? ਸਾਰੇ ਮਸਲੇ ਹੱਲ ਹੁੰਦੇ ਨੇ, ਵੱਡੇ ਵੱਡੇ ਆਫਿਸ ਨੇ ਮੇਨ। ਤੁਸੀਂ ਬੜੀ ਤਰੱਕੀ ਕੀਤੀ, ਹੋਰ ਕਰੋਗੇ, ਤੁਹਾਡੇ ਬੱਚੇ ਤੁਹਾਡੇ ਤੋਂ ਵੀ ਅੱਗੇ ਲੰਘਣਗੇ। ਦੇਖੋ ਬਜ਼ੁਰਗ ਕੀ ਕਹਿੰਦੇ ਨੇ, ਤੁਹਾਡੇ ਬੱਚੇ ਤੁਹਾਡੇ ਤੋਂ ਵੀ ਅੱਗੇ ਲੰਘਣਗੇ। ਸਮੇਂ 'ਚ ਨਾਲ ਬਦਲਾਵ ਆਏਗਾ, ਤੁਸੀਂ ਖੁਸ਼ਹਾਲ ਹੋਵੋਗੇ, ਇਸ ਪਾਸਿਓਂ ਲੰਘਿਆ ਕਰੋਗੇ ਤਾਂ ਹੌਲੀ ਦੇਖ ਕੇ ਆਪਣੇ ਆਪ ਨੂੰ ਕਿਹਾ ਕਰੋਗੇ, ਇੱਥੇ ਸਾਡੀ ਮਾਂ ਰਿਹਾ ਕਰਦੀ ਸੀ। ਕਹਿੰਦਾ ਇੱਕ ਸਮਾਂ ਆਏਗਾ ਤੁਸੀਂ ਇੱਥੋਂ ਲੰਘਿਆ ਕਰੋਗੇ। ਲਿਸਨ, ਇਹਦਾ ਕੀ ਭਾਵ ਹੈ ਕਿ ਤੁਸੀਂ ਹੋਰ ਕੋਠੀਆਂ ਦੇ ਮਾਲਕ ਬਣੋਗੇ, ਜੇ ਇਲਾਕਾ ਛੱਡ ਵੀ ਦਿਓਗੇ ਕਦੀ ਕਦਾਈ ਇੱਥੋਂ ਦੀ ਲੰਘੋਗੇ ਤਾਂ ਕੀ ਕਿਆ ਕਰੋਗੇ? ਇਹ ਸਾਡੀ ਬੇਬੇ ਦਾ ਘਰ ਹੈ, ਇੱਥੇ ਸਾਡੀ ਬੇਬੇ ਕਿਰਿਆ ਕਰਦੀ ਸੀ, ਇੱਥੇ ਸਾਡੀ ਬੇਬੇ ਦੀਆਂ ਕੀ ਹੈ ਯਾਦਾਂ ਜੁੜੀਆਂ ਹੋਈਆਂ ਨੇ। ਹੈਗੀ ਤਾਂ ਬੋਲੀ ਜਿਹੀ ਸੀ ਪਰ ਇਸ ਘਰ ਵੱਲ ਦੇਖਦੇ ਦੇਖਦੇ ਤੁਸੀਂ ਅੱਗੇ ਲੰਘ ਜਾਇਆ ਕਰੋਗੇ, ਮੇਰੇ ਪਿੱਛੇ ਇਸ ਘਰ ਨੂੰ ਆਉਣ ਨੂੰ ਤੁਹਾਡਾ ਦਿਲ ਹੀ ਨਹੀਂ ਕਰਿਆ ਕਰੇਗਾ। ਲਾਸਟ ਪੈਰਾ, ਮੇਰਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਬਿਰਧ ਮਾਪਿਆਂ ਦੀ ਸੇਵਾ ਕਰਦਾ, ਬੰਦਗੀ ਹੈ। ਕਹਿੰਦਾ ਰੱਬ ਕਹਿੰਦਾ ਬਜ਼ੁਰਗਾਂ ਦੀ ਸੇਵਾ ਕਰਨੀ ਵੀ ਭਗਤੀ ਤੋਂ ਘੱਟ ਨਹੀਂ ਹੈ। ਜਿਹਦੇ ਘਰ ਵਿੱਚ ਕਹਿੰਦੇ ਬਜ਼ੁਰਗ ਨੇ ਨਾ ਉਹ ਤੀਰਥ ਸਥਾਨਾਂ ਤੇ ਜਾਣ ਦੀ ਲੋੜ ਨਹੀਂ ਆਉਂਦੀ। ਕੀ ਮੰਨਿਆ ਬਜ਼ੁਰਗਾਂ ਨੂੰ, ਘਰਦਿਆਂ ਨੂੰ ਤੀਰਥ ਮੰਨਿਆ? ਜਿਹਨਾਂ ਦੇ ਘਰ ਚ ਬਜ਼ੁਰਗ ਨੇ ਉਹਨਾਂ ਦੀ ਸੇਵਾ ਕਰ ਲਈ, ਮੈਂ ਤੀਰਥ ਸਥਾਨਾਂ ਤੇ ਦੀ ਜਾਣ ਜਿੰਨੀ ਸੇਵਾ ਹੈ। ਕਹਿੰਦਾ ਮੇਰਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ, ਬੰਦਗੀ ਮੀਨਸ ਭਗਤੀ ਕਰਨ ਵਾਲਿਆਂ ਵਾਂਗ ਬਿਰਧ ਮਾਤਾ ਪਿਤਾ ਦੀ ਸੇਵਾ ਕਰਦਾ। ਹਰ ਖੁਸ਼ੀ ਗਮੀ ਤਿਥ ਤਿਉਹਾਰ ਵਕਤ ਅਸੀਂ ਸਾਰੇ ਜਣੇ ਕੋਠੀ ਜਾ ਪੁੱਜਦੇ, ਰੌਣਕਾਂ ਖੁਸ਼ੀਆਂ ਮਿਲਾਪਾਂ ਦਾ ਮੇਲਾ ਲੱਗ ਜਾਂਦਾ। ਇਸ ਮੇਲੇ ਵਿੱਚੋਂ ਜਦੋਂ ਅਸੀਂ ਵਿਦਾ ਹੁੰਦੇ ਘਰੋ ਘਰੀ ਜਾਣ ਲੱਗਦੇ ਤਾਂ ਛੋਟਾ ਭਰਾ ਹੌਲੀ ਜਾ ਕੇ ਪੁੱਛਦਾ, ਜਦੋਂ ਬੇਬੇ ਬਾਪੂ ਨਾ ਰਹੇ ਤਾਂ ਉਦੋਂ ਵੀ ਤੁਸੀਂ ਆਇਆ ਕਰੋਗੇ? ਲਾਸਟ ਪੈਰਾ, ਮੇਰੇ ਸੁਪਨਿਆਂ ਵਿੱਚ ਬੇਬੇ ਕਦੀ ਮਿਰਚਾਂ ਤੋੜਦੀ ਫਿਰਦੀ, ਕਦੇ ਖੇਤ ਵਿੱਚ, ਕਦੀ ਕਬਾਹ ਚੁਗਦੀ। ਨੋਟ ਕਰੋ, ਲੇਖਕ ਦੇ ਸੁਪਨੇ ਵਿੱਚ ਬੇਬੇ ਕੀ ਕਰਦੀ ਸੀ ਦਿਖਾਈ ਦਿੰਦੀ? ਮਿਰਚਾਂ ਤੋੜਦੀ ਤੇ ਕਪਾਹ ਚੁਗਦੀ। ਕਦੇ ਕਪਾਹ ਦੀ ਫਸਲ ਨੂੰ ਸਮੇਟਦੀ ਨਜ਼ਰ ਆਉਂਦੀ ਹੈ, ਕਦੇ ਮਿਰਚਾਂ ਤੋੜਦੀ। ਵਨ ਮੋਰ ਕੁਐਸਚਨ, ਕਿਤੇ ਵਛੂਰਿਆਂ ਦੀਆਂ ਬੁੱਥੀਆਂ ਪਲੋਸ ਰਹੀ ਹੁੰਦੀ, ਵਛੂਰੇ ਬੱਚੇ ਪਸ਼ੂਆਂ ਦੇ, ਕਦੇ ਕਿਤੇ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ, ਫਟੇ ਪੁਰਾਣੇ ਟਾਕਿਆਂ ਵਾਲੇ ਖੱਦਰ ਦੇ ਕੱਪੜੇ ਪਾਈ। ਉਹਦੇ ਕੱਪੜੇ ਕੀ ਹੁੰਦੇ? ਸਾਦਗੀ ਵਾਲੇ, ਫਟੇ ਪੁਰਾਣੇ ਖੱਦਰ ਦੇ ਕੱਪੜੇ ਪਾਈ, ਮਿੱਟੀ ਘੱਟੇ ਵਿੱਚ ਲੱਥ ਪਾਥ, ਕਦੀ ਝਾੜੂ ਦਿਸਦੀ ਮਾਰਦੀ ਦਿਸਦੀ ਤੇ ਕਦੀ ਪਾਥੀਆਂ ਪੱਥਦੀ। ਪਾਥੀਆਂ ਸਮਝਦੇ ਹੋ? ਜਿਹੜੀ ਗੋਬਰ ਤੋਂ ਬੰਦੀਆਂ ਨੇ ਤੂੜੀ ਮਿਲਾ ਕੇ। ਇਹ ਉਹਦੀ ਸੁਪਨਿਆਂ ਦੇ ਵਿੱਚ ਉਹਨੂੰ ਬੇਬੇ ਯਾਦ ਆਉਂਦੀ। ਕਲੀਅਰ ਹੈ ਬੇਟੇ? ਤੇ ਹੁਣ ਚੈਪਟਰ ਤੁਸੀਂ ਬੇਟੇ ਥੋਰਲੀ ਰੀਡ ਕਰ ਲੈਣਾ, ਕੱਲ ਦੀ ਕਲਾਸ ਵਿੱਚ ਤੁਹਾਡੇ ਵਨ ਮਾਰਕ ਕੁਐਸਚਨ ਦਾ ਟੈਸਟ ਹੈ। ਹੁਣ ਬੇਬੇ ਵਾਰਤਕ ਲੇਖ ਰਾਹੀਂ ਲੇਖਕ ਨੇ ਇਹ ਦੱਸਿਆ ਕਿ ਆਪਣੇ ਜਿਹੜੇ ਘਰ ਦੇ ਬਜ਼ੁਰਗ ਨੇ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਹੈ, ਉਹਨਾਂ ਦੀਆਂ ਜਿਹੜੇ ਘਰ ਵਿੱਚ ਉਹ ਰਹਿੰਦੇ ਨੇ ਜੱਦੀ ਘਰ ਵਿੱਚ ਉਹਦੇ ਨਾਲ ਯਾਦਾਂ ਜੁੜੀਆਂ ਰਹਿੰਦੀਆਂ ਨੇ, ਉਹਨਾਂ ਨਾਲ ਬੈਠ ਕੇ ਜਦੋਂ ਸਮਾਂ ਬਿਤਾਓਗੇ ਤੁਹਾਨੂੰ ਜੀਵਨ ਜਾਚ ਤੁਹਾਡੀ ਸੋਹਣੀ ਬਣੇਗੀ, ਉਹਨਾਂ ਨੂੰ ਦੁਰਕਾਰਨਾ ਨਹੀਂ ਚਾਹੀਦਾ। ਜਿਵੇਂ ਲੇਖਕ ਦੀ ਬੇਬੇ ਹੈ, ਲੇਖਕ ਦੀ ਬੇਬੇ ਦੇ ਘਰ ਵਿੱਚ ਹੈ ਤਾਂ ਲੇਖਕ ਨੂੰ ਕੀ ਲੱਗਦਾ ਘਰ ਤਿੱਥ ਤਿਉਹਾਰ ਵਰਗਾ?
ਕਿ ਬਜ਼ੁਰਗ ਤਾਂ ਘਰ ਦਾ ਤਾਲਾ ਵੀ ਨੇ ਜਿੰਦਰਾ ਵੀ ਕਿਹਾ ਬੇਬੇ ਨੂੰ ਆਪ ਕੀ ਨੇ ਬੱਚੇ ਘਰ ਦੀ ਚਾਬੀ ਕਲੀਅਰ ਹੁਣ ਆਪਾਂ ਕਰੀਏ ਬੇਟੇ ਪੀੜੀ ਭਾਗ ਮੁਹਾਵਰੇ ਨਾ ਲਿਸਨ ਧਿਆਨ ਨਾਲ ਦੇਖੋ ਬੇਟੇ ਈੜੀ ਭਾਗ ਬਾਕੀ ਦੇ ਕੱਲ ਦੀ ਕਲਾਸ ਵੀ ਕਰਕੇ ਆਪਾਂ ਪਹਿਲਾਂ 10 ਮਿੰਟ ਫੇਰ ਟੈਸਟ ਲਵਾਂਗੇ ਇੱਕੋ ਡੱਗੇ ਪਿੰਡ ਮੰਗਣਾ ਇੱਕੋ ਵਾਰੀ ਕਿਸੇ ਕੰਮ ਨੂੰ ਕਰਨ ਦੀ ਸੋਚਣੀ ਇੱਕੋ ਡੱਗੇ ਪਿੰਡ ਮੰਗਣਾ ਅਰਥ ਲਿਖ ਲਓ ਇੱਕੋ ਵਾਰੀ ਕੰਮ ਕਰਨ ਦੀ ਸੋਚਣੀ ਕੋਸ਼ਿਸ਼ ਕਰਨੀ ਫੋਰ ਐਗਜ਼ਾਮਪਲ ਉਹਨੇ ਨਵਾਂ ਘਰ ਲਿਆ ਨਾਲ ਹੀ ਕਹਿ ਦਿੱਤਾ ਕਿ ਇਹਨੂੰ ਰੰਗ ਰੋਗਨ ਵੀ ਕਰਵਾ ਦਿੱਤਾ ਜਾਏ ਨੈਕਸਟ ਇੱਕ ਰੰਗ ਆਉਣਾ ਇੱਕ ਰੰਗ ਜਾਣਾ ਘਬਰਾ ਜਾਣਾ ਦੇਖੋ ਜਦੋਂ ਕੋਈ ਪੇਪਰ ਔਖਾ ਆ ਗਿਆ ਇੱਕ ਰੰਗ ਆ ਗਿਆ ਇੱਕ ਰੰਗ ਜਾ ਗਿਆ ਕਿ ਕੀ ਬਣ ਗਏ ਠੀਕ ਹੈ ਇੱਕੋ ਰਸੇ ਫਾਹੇ ਦੇਣਾ ਸਭ ਨਾਲ ਇੱਕੋ ਜਿਹਾ ਸਭ ਨਾਲ ਇੱਕੋ ਜਿਹਾ ਸਲੂਕ ਕਰਨਾ ਇਹਦਾ ਇਹਦਾ ਵਾਕੀ ਬਣਨਾ ਨਾ ਵਾਚਕ ਇਹਦਾ ਮਤਲਬ ਕੀ ਹੈ ਬੇਟੇ ਕਲਾਸ ਵਿੱਚ ਇੱਕ ਬੱਚੇ ਦੀ ਗਲਤੀ ਹੈ ਇੱਕ ਬੱਚੇ ਦੀ ਗਲਤੀ ਹੈ ਤਾਂ ਸਾਰੀ ਕਲਾਸ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਸਾਰਿਆਂ ਨੂੰ ਇੱਕੋ ਰਸੇ ਫਾਹੇ ਨਹੀਂ ਦੇਣਾ ਚਾਹੀਦਾ ਅਸਲ ਦੋਸ਼ੀ ਨੂੰ ਦੇਖ ਲੈਣਾ ਚਾਹੀਦਾ ਠੀਕ ਹੈ ਇਹ ਨਹੀਂ ਹੈ ਸਾਰੇ ਹੀ ਫੜੇ ਜਾਣ ਆਟੇ ਨਾਲ ਭੁੰਨ ਵੀ ਪਿਸਤਾ ਹੈ ਸਮਝ ਆ ਗਈ ਇੱਕੋ ਰਸੇ ਫਾਹੇ ਦੇਣਾ ਸਭ ਨਾਲ ਇੱਕੋ ਜਿਹਾ ਸਲੂਕ ਕਰਨਾ ਕੀਨ ਮੰਨਣੀ ਇਹ ਆਲਰੇਡੀ ਤੁਸੀਂ ਕੀਤਾ ਹਾਰ ਮੰਨਣੀ ਇੱਕ ਅੱਖ ਨਾਲ ਵੇਖਣਾ ਇਹ ਵੀ ਆਉਂਦਾ ਹੈ ਇੱਕ ਮੁੱਠ ਹੋਣਾ ਇੱਟ ਘੜੇ ਦਾ ਵਹਿ ਸੁਭਾਵਕ ਵਹਿ ਇਹ ਤੁਹਾਨੂੰ ਈਜ਼ੀਲੀ ਆਉਂਦੇ ਨੈਕਸਟ ਇੱਕ ਦੀਆਂ ਚਾਰ ਸੁਣਾਣੀਆਂ ਕਿਸੇ ਦਾ ਲਿਹਾਜ਼ ਨਾ ਕਰਨਾ ਤੂੰ ਕਿੱਥੇ ਉਹਦੇ ਨਾਲ ਲੜਾਈ ਛੇੜ ਲਈ ਉਹ ਤਾਂ ਇੱਕ ਦੀਆਂ ਚਾਰ ਸੁਣਾਉਂਦਾ ਉਹਦਾ ਸੁਭਾਅ ਤਾਂ ਬੜਾ ਕੁਰਖਤ ਹੈ ਕੀ ਤਾਂ ਚੰਨ ਹੋਣਾ ਬਹੁਤ ਦੇਰ ਬਾਅਦ ਮਿਲਣਾ ਆਲਰੇਡੀ ਤੁਸੀਂ ਪ੍ਰੀਵੀਅਸ ਕਲਾਸਿਸ ਚ ਕੀਤੇ ਹੋਏ ਆ ਇੱਕ ਇੱਕ ਤੇ ਦੋ 11 ਏਕਤਾ ਵਿੱਚ ਬਲ ਏਕਤਾ ਵਿੱਚ ਬਲ ਇੱਜ਼ਤ ਨੂੰ ਵੱਟਾ ਲਾਉਣਾ ਬਦਨਾਮੀ ਕਰਾਉਣੀ ਜਿਹੜੇ ਬੱਚੇ ਗਲਤ ਟਰੈਕ ਤੇ ਚੱਲ ਜਾਂਦੇ ਨੇ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਖਾਨਦਾਨ ਦੀ ਇੱਜ਼ਤ ਨੂੰ ਪੱਟਾ ਲਾਉਂਦੇ ਹਨ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਕਰਾਰਾ ਜਵਾਬ ਦੇਣਾ ਠੋਕ ਕੇ ਜਵਾਬ ਦੇਣਾ ਭਾਰਤੀ ਟੀਮ ਪਾਕਿਸਤਾਨੀ ਟੀਮ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਤਿਆਰ ਰਹਿੰਦੀ ਹੈ ਇੱਟ ਖੜਿੱਕਾ ਲਾਉਣਾ ਲੜਾਈ ਝਗੜਾ ਕਰਨਾ ਉਸਦਾ ਸੁਭਾਅ ਇੰਨਾ ਮਾੜਾ ਹੈ ਆਪਣੇ ਗੁਆਂਢੀਆਂ ਨਾਲ ਇੱਟ ਖੜਿੱਕਾ ਲਾਈ ਰੱਖਦਾ ਹੈ ਇੱਟ ਖੜਿੱਕਾ ਲਾਉਣਾ ਆਡਾ ਲਾਉਣਾ ਆਡਾ ਲਾਉਣਾ ਵੀ ਆਪਣੇ ਆਪ ਚ ਐੜਾ ਭਾਗ ਮੁਹਾਵਰਾ ਹੈ ਤੁਸੀਂ ਆਲਰੇਡੀ ਕੀਤਾ ਆਡਾ ਲਾਉਣਾ ਐੜਾ ਭਾਗ ਝਗੜਾ ਕਰਨਾ ਇੱਕੋ ਤੱਕੜੀ ਦੇ ਵੱਟੇ ਹੋਣਾ ਸਾਰਿਆਂ ਦਾ ਸੁਭਾਅ ਇੱਕੋ ਜਿਹਾ ਹੋਣਾ ਇਸ ਘਰ ਵਿੱਚ ਕਿਹਨੂੰ ਸਮਝਾਈਏ ਸਾਰੇ ਇੱਕੋ ਤੱਕੜੀ ਦੇ ਚੱਟੇ ਵੱਟੇ ਨੇ ਕਲੀਅਰ ਹੈ ਬੇਟੇ ਇੰਨੇ ਮੁਹਾਵਰੇ ਤੁਸੀਂ ਰਿਵਾਈਜ਼ ਕਰ ਲੈਣਾ ਬੱਚੇ ਥੈਂਕ ਯੂ ਸੋ ਮਚ